ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਪੰਜਾਬ ਚ ਇਥੇ ਤਿੰਨ ਨੌਜਵਾਨ ਨਹਿਰ ਚ ਰੁੜੇ ਇੱਕ ਹੋਇਆ ਲਾਪਤਾ ਦੋ ਬਚਾਏ ਮੌਕੇ ਤੇ ਕਈ ਅਧਿਕਾਰੀ ਨਾ ਪਹੁੰਚਣ ਤੇ ਲੋਕਾਂ ਦਾ ਰੋਸ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਤ ਤੋ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਹਾਂਜੀ ਪ੍ਰਾਪ ਜਾਣਕਾਰੀ ਮੈਂ ਪਤਾ ਚੱਲਿਆ ਕਿ ਸ਼ਨੀਵਾਰ ਨੂੰ ਬਟਿੰਡਾ ਦੇ ਨੈਸ਼ਨਲ ਕਲੋਨੀ ਨੇੜੇ ਤਿੰਨ ਨੌਜਵਾਨਾਂ ਜਾਨਕ ਸਰੰਦਰ ਨੇੜੇ ਸਰੰਧ ਨਹਿਰ ਚ ਡਿੱਗ ਪਏ ਜਿਸ ਦਰੰਦੋਨੋ ਜਵਾਨਾਂ ਨੂੰ ਬਚਾ ਲਿਆ ਗਿਆ ਜਦ ਕਿ ਇੱਕ ਨੌਜਵਾਨ ਪਾਣੀ ਚ ਬੈ ਗਿਆ ਦੱਸਦੀ ਕਿ ਇਹ ਤਿੰਨ ਨੌਜਵਾਨ ਨੈਸ਼ਨਲ ਕ੍ਰੋਨੀ ਨੇੜੇ ਸਰਹੰਦ ਨਹਿਰ ਦੇ ਕੰਡੇ ਦੇ ਖਾੜੇ ਹੋਏ ਸਨ ਜਿਆ ਅਚਾਨਕ ਪੈਰਿਸਨ ਕਾਰ ਨਹਿਰ ਚ ਡਿੱਗ ਕੇ ਉੱਥੇ ਪਤਾ ਚੱਲਿਆ ਕਿ ਸ਼੍ਰੀ ਮੁਕਸਸ ਸਾਹਿਬ ਦੇ ਪਿੰਡ ਮਾਹੂ ਆਨ ਦਾ ਅਵਤਾਰ ਸਿੰਘ ਅਵਤਾਰ ਸਿੰਘ ਬਠਿੰਡਾ ਵਿੱਚ ਆਪਣੇ ਨਾਨਕੇ ਘਰ ਆਇਆ ਹੋਇਆ ਸੀ ਜਿਸ ਤੋਂ ਬਾਅਦ ਆਪਣੇ ਰਿਸ਼ਤੇ ਗੁਰਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਦੇ ਨਾਲ ਨਹਿਰ ਤੇ ਚਲਾ ਗਿਆ ਜਿਸ ਦੌਰਾਨ ਤੇਜ਼ ਨਾਲ ਪਾਣੀ ਪੈਣਾ ਸ਼ੁਰੂ ਹੋ ਗਿਆ ਜੀ ਹਾਂ ਪੈਰ ਫਿਸਲਣ ਕਾਰਨ ਉਕਤ ਨੌਜਵਾਨ ਨਹਿਰ ਚ ਡਿੱਗ ਗਏ ਉੱਥੇ ਨੌਜਵਾਨ ਮੌਜੂਦ ਲੋਕਾਂ ਨੇ ਗੁਰਪ੍ਰੀਤ ਸਿੰਘ ਤੇ ਮਨਪ੍ਰੀਤ ਸਿੰਘ ਨੂੰ ਬਾਹਰ ਕਢਿਆ ਜਿਤਕੇ ਅਵਤਾਰ ਪਾਣੀ ਚ ਡੁੱਬ ਗਿਆ ਅਜੇ ਵੀ ਇਸ ਨੌਜਵਾਨ ਦੀ ਗੋਤਾਖੋਰਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਇਸ ਨौजवान ਬਾਰੇ ਪਤਾ ਲੱਗ ਸਕੇ ਉੱਥੇ ਹੀ ਸਰਹੰਦ ਨਹਿਰ ਵਿੱਚ ਇੱਕ ਬੱਚੇ ਸਮੇਤ ਤਿੰਨ ਨौजਵਾਨਾਂ ਦੇ ਡਿੱਗਣ ਦੀ ਘਟਨਾ ਤੋਂ ਬਾਅਦ ਕਈ ਅਧਿਕਾਰੀ ਮੌਕੇ ਤੇ ਨਾ ਪਹੁੰਚਣ ਤੇ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ ਖਬਰਾਂ ਅੰਤ ਤੱਕ ਦੇਖਣੇ